ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਆਗਮਾ ਗਾਂ ਪਾਵਨ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨਮੀਤਾ ਨਾਨਕ ਬਿਨ ਬੰਤਾ ਸਾਜਨਾ ਕੀ ਤਰਜ ਕਥਾ ਸਤ ਚਿਤ ਤੇ ਆਨੰਦ ਵਾਲਾ ਦੇਸ ਜਿੱਥੇ ਜਾ ਕੇ ਸਾਧੂ ਵਸਦੇ ਸਤ ਚਿਤ ਤੇ ਆਨੰਦ ਵਾਲਾ ਦੇਸ ਜਿੱਥੇ ਜਾ ਕੇ ਸੱਚਖੰਡ ਵਾਸੀ ਸੰਤ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਇਹ ਹੋਵੇ ਵਾਲੇ ਸਤਿਪੁਰਸ਼ਾਂ ਦੀ ਪਵਿੱਤਰ ਜਾਤ ਦੇ ਵਿੱਚ ਸ਼ਹਿਨਸ਼ਾਹ ਸਤਿਗੁਰੂ ਧੰਨ ਧੰਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਸਾਰੀਆਂ ਸੰਗਤਾਂ ਪਹੁੰਚਿਆ। ਸੰਗਤ ਜੀ, ਦਾਸ ਤੋਂ ਪਹਿਲੇ ਆਪ ਸੰਗਤਾਂ ਨੇ ਮਹਾਂਪੁਰਖਾਂ ਤੋਂ ਸਿੰਘ ਸਾਹਿਬਾਨਾਂ ਤੋਂ ਵੱਖ ਵੱਖ ਜਥਿਆਂ ਤੋਂ ਵੱਖ ਵੱਖ ਸ਼ਖਸੀਅਤਾਂ ਤੋਂ ਸੰਤ ਮਹਿਮਾਨ ਦੀ ਬਹੁਤ ਬੜੇ ਵਿਸਥਾਰ ਦੇ ਨਾਲ ਸਰਵਣ ਕੀਤਾ। ਦਾਸ ਤੋਂ ਬਾਅਦ ਦੇ ਵਿੱਚ ਵੀ ਸਤਿਕਾਰਯੋਗ ਹਸਤੀਆਂ ਨੇ ਉਹਨਾਂ ਸਤਿਪੁਰਸ਼ਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਹੈ। ਸਿੰਘ ਸਾਹਿਬ ਵੀ ਬੈਠੇ ਹੈ, ਮੈਂ ਚੰਦ ਸਮਾਂ ਹਾਜ਼ਰੀ ਭਰ ਕੇ ਆਪਣੇ ਸਮੇਂ ਦੀ ਸਮਾਪਤੀ ਕਰ ਦੇਣੀ ਹੈ। ਇਹ ਜਿਹੜੀ ਸੰਪਰਦਾ ਹੈ ਭਾਈ ਸਾਹਿਬ ਭਾਈ ਦਇਆ ਸਿੰਘ ਜੀਆਂ ਤੋਂ ਚੱਲੀ, ਹੋਤੀ ਮਰਦਾਨ ਦੇ ਵਿੱਚ ਆ ਕੇ ਇਹਨੂੰ ਹੋਰ ਚਾਰ ਚੰਨ ਲੱਗੇ। ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਨੇ ਜਿੱਥੇ ਤਪੱਸਿਆ ਕੀਤੀ, ਗੁਰਸਿੱਖੀ ਦਾ ਪ੍ਰਚਾਰ, ਸਾਧ ਸੰਗਤ ਜੀ ਧੰਨ ਧੰਨ ਆਦਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਗੁਰਸਿੱਖੀ ਦਾ ਘਰ ਘਰ ਪ੍ਰਚਾਰ ਪਹੁੰਚਾਇਆ। ਉੱਥੇ ਉਹਨਾਂ ਦੇ ਨਾਲ ਉਹਨਾਂ ਦੇ ਪਰਮ ਪਿਆਰੇ ਗੁਰ ਭਰਾ ਬਾਬਾ ਲਾਲ ਸਿੰਘ ਜੀਆਂ ਨੇ ਗੁਰੂ ਕੇ ਲੰਗਰਾਂ ਦੀ ਸੇਵਾ ਸੰਭਾਲੀ। ਇਹ ਪ੍ਰਪਾਟੀ ਅੱਗੇ ਚੱਲ ਕੇ ਰਾੜਾ ਸਾਹਿਬ ਆਈ। ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਕਾਰਕ ਮਹਾਂਪੁਰਸ਼, ਜਿਹੜੀ ਇਹ ਮਾਤ ਲੋਕ ਦੀ ਧਰਤੀ ਉੱਤੇ ਬ੍ਰਹਮ ਗਿਆਨੀ
ਮਹਾਪੁਰਖ ਪੈਦਾ ਕਰਨ ਵਾਸਤੇ ਆਏ ਸਾਧ ਸੰਗਤ ਜੀ ਉਹਨਾਂ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਉਹਨਾਂ ਦੇ ਪਰਮ ਪਿਆਰੇ ਗੁਰ ਭਰਾ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਜੀਆਂ ਨੇ ਗੁਰੂ ਕੇ ਲੰਗਰਾਂ ਦੀ ਗੁਰੂ ਘਰ ਦੀ ਸੇਵਾ ਸੰਭਾਲੀ ਇਹ ਪ੍ਰਪਾਟੀ ਚੱਲ ਕੇ ਇਹਦੇ ਵਿੱਚ ਆਤਕਥਣੀ ਨਹੀਂ ਭੇਵੇ ਵਿਖੇ ਆ ਗਈ ਮੈਨੂੰ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਲੰਗਰ ਵਾਲੇ ਮਹਾਰਾਜ ਜੀਆਂ ਨੇ ਇੱਕ ਵਾਰ ਬਚਨ ਕੀਤਾ ਕਹਿੰਦੇ ਜਿਹੜੇ ਸੰਤ ਮਾਨ ਸਿੰਘ ਜੀ ਨੇ ਇਹਨਾਂ ਦੇ ਰੋਮ ਰੋਮ ਦੇ ਵਿੱਚ ਵੱਡੇ ਸੰਤ ਮਹਾਰਾਜ ਜੀ ਵਸਦੇ ਆਏ ਕਹਿੰਦੇ ਕਿਤੇ ਵੀ ਭੇਵੇ ਦੀ ਵਰਸੀ 'ਤੇ ਗੈਰ ਹਾਜ਼ਰੀ ਨਹੀਂ ਲਾਉਣੀ ਜਿੰਨਾ ਚਿਰ ਉਹਨਾਂ ਦਾ ਸਰੀਰ ਸਾਥ ਦਿੰਦਾ ਰਿਹਾ ਉਹ ਨਾਲ ਆਉਂਦੇ ਰਹੇ ਬਾਅਦ ਵਿੱਚ ਦਾਸ ਦੀ ਡਿਊਟੀ ਲੱਗਦੀ ਰਹੀ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੂੰ ਪੁੱਛਿਆ ਗਿਆ ਬ੍ਰਹਮ ਗਿਆਨੀ ਬਣਦਾ ਕਿਵੇਂ ਹੈ ਬੜੇ ਪਿਆਰੇ ਅਤੇ ਕਮਾਲ ਦੇ ਵਚਨ ਕੀਤੇ ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਸਾਧੂ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਂ ਕੋ ਜਿਹੜਾ ਆਪਣੇ ਪਿਆਰੇ ਦੇ ਪ੍ਰੇਮ ਦੇ ਨਾਲ ਰੱਬ ਜਾਣ ਕੇ ਉਹਦੇ ਦਰਸ਼ਨ ਕਰਦਾ ਹੈ ਆਪਣੇ ਪਰਮ ਪਿਆਰੇ ਸਾਧੂ ਦੇ ਸਾਧੂ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਂ ਕੋ ਸੋਈ ਦਰਸ਼ਨੀ ਸਮਦਰਸ਼ ਧਿਆਨੀ ਹੈ ਸ਼ਬਦ ਵਿਵੇਕ ਇੱਕ ਟੇਕ ਜਾਂ ਕੇ ਮਨ ਵਸਿਆ ਉਹਦੇ ਮਨ ਵਿੱਚ ਇੱਕੋ ਟੇਕ ਹੋਵੇ ਮੇਰਾ ਜਿਹੜਾ ਪਿਆਰਾ ਇਹ ਖੁਦਾ ਦਾ ਰੂਪ ਹੈ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਤੋਂ ਬਿਨਾਂ ਮੈਂ ਕਿਸੇ ਅੱਗੇ ਝੁਕਣਾ ਨਹੀਂ ਸ਼ਬਦ ਵਿਵੇਕ ਇੱਕ ਟੇਕ ਜਾਂ ਕੇ ਮਨ ਵਸਿਆ ਸੋਈ ਮਾਨ ਬ੍ਰਹਮ ਗਿਆਨੀ ਹੈ ਸੋਈ ਅਨੁਮਾਨ ਬ੍ਰਹਮ ਗਿਆਨੀ ਹੈ ਸਾਧ ਸੰਗਤ ਜੀ ਜਿਨ੍ਹਾਂ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਕਿਰਪਾ ਹੁੰਦੀ ਹੈ ਆਪਣੇ ਪਰਮ ਪਿਆਰੇ ਮਹਾਂਪੁਰਖਾਂ ਦੀ ਕਿਰਪਾ ਹੁੰਦੀ ਹੈ ਉਹ ਬ੍ਰਹਮ ਗਿਆਨੀ ਬਣਦੇ ਹੈ ਕਵੀ ਨਾਦਾਸ ਜੀ ਨੂੰ ਪੁੱਛਿਆ ਗਿਆ ਕਵੀ ਜੀ ਮਹਾਤਮਾ ਦੇ ਵਿੱਚ ਅਤੇ ਪਾਰ ਦੇ ਵਿੱਚ ਕੀ ਫਰਕ ਹੈ ਕਵੀ ਜੀ ਵਚਨ ਕਰਦੇ ਨੇ ਪਾਰ ਸਮਿਆਰ ਸੰਤਨ ਮੈਂ ਵੱਡੋ ਅੰਤਰੋ ਜਾਨ ਕਹਿੰਦੇ ਬਹੁਤ ਵੱਡਾ ਫਰਕ ਹੈ ਵੈ ਲੋਹਿਓ ਕੰਚਨ ਕਰੈ ਕਹਿੰਦੇ ਜਿਹੜਾ ਪਾਰਸ ਹੈ ਅੱਠ ਧਾਤਾਂ ਨੂੰ ਲਾ ਦਈਏ ਸੋਨਾ ਬਣਾ ਦਿੰਦਾ ਹੈ ਚਾਂਦੀ ਨੂੰ ਪਿੱਤਲ ਨੂੰ ਲੋਹੇ ਨੂੰ ਕਲੀ ਨੂੰ ਸਿੱਕੇ ਨੂੰ ਪਾਰੇ ਨੂੰ ਕਾਂਸੀ ਨੂੰ ਤਾਂਬੇ ਨੂੰ ਜੜ੍ਹ ਧਾਤਾਂ ਹੋ ਗਈਆਂ ਲੱਗ ਜਾਵੇ ਉਹ ਸੋਨਾ ਬਣਾ ਦਿੰਦਾ ਪਰ ਪਾਰਸ ਨਹੀਂ ਬਣਾਉਂਦਾ ਵੈ ਕਰੇ ਆਪ ਸਮਾਨ ਮਹਾਂਪੁਰਖ ਸਾਧ ਸੰਗਤ ਜੀ ਆਪਣੇ ਪਿਆਰੇ ਨੂੰ ਆਪਣਾ ਹੀ ਰੂਪ ਦੇ ਦਿੰਦੇ ਹੈ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਧੂਰਗੁੜ ਵਾਲੇ ਮਹਾਂਪੁਰਖਾਂ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਨੌਵੇਂ ਪਾਤਸ਼ਾਹ ਮਹਾਰਾਜ ਵੀ ਵਚਨ ਕਰਦੇ ਹੈ ਕਹਿੰਦੇ ਸੰਸਾਰ ਦੇ ਵਿੱਚ ਤਿੰਨ ਚੀਜ਼ਾਂ ਨੇ ਸਦਾ ਵਾਸਤੇ ਰਹਿਣਾ ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਾਪਿਓ ਗੁਰਮੰਤਾ ਉਲਾ ਟੇਕ ਪੜੀਏ ਭਾਈ ਦਾਸ ਦਾ ਸਮਾਂ ਸਮਾਪਤ ਹੈ ਦਾਸ ਨੇ ਕੀਰਤਨ ਦੀ ਸੇਵਾ ਧੰਨ ਧੰਨ ਸਤਿਗੁਰ ਵਾਸੀ ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਰਾੜਾ ਸਾਹਿਬ ਲੰਗਰ ਵਾਲੇ ਸ਼੍ਰੀਮਾਨ ਮਹਾਰਾਜ ਕਿਰਪਾ ਦੁਆਰਾ ਭਾਈ ਕੀਰਤਨ ਦੀ ਸੇਵਾ ਨਿਭਾਈ ਹੈ ਸੇਵਾ ਨਿਭਾਉਂਦਿਆਂ ਕੋਲੋਂ ਦਾਦੇ ਕੋਲੋਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਮੈਂ ਜਣ ਜਾਣਾ ਭਾਈ ਮੈਨੂੰ ਖਿਮਾ ਕਰ ਦੇਣੀਆਂ ਨਾਮ ਸਾਧੂ ਤੇ ਗੋਬਿੰਦ ਗੁਰੂ ਪਿਆਰ ਨਾਮ ਸਾਧੂ ਤੇ ਗੋਬਿੰਦ ਗੁਰੂ ਪਿਆਰ ਗੋਬਿੰਦ ਗੁਰੂ ਪਿਆਰ ਗੋਬਿੰਦ ਗੁਰੂ ਪਿਆਰਾ ਹਵਾ ਪਦਾਰੇ
واہ گرو